ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਰਾਜ ਕੁਮਾਰ ਹਨੇਰਾ ਹਾਜ਼ਰ ਹਾਂ ਤੁਹਾਡਾ ਮਨਪਸੰਦ ਪ੍ਰੋਗਰਾਮ ਲੈ ਕੇ। ਅੱਜ ਅਸੀਂ ਮੁਲਾਕਾਤ ਕਰਾਉਣ ਜਾ ਰਹੇ ਹਾਂ ਤੁਹਾਡੀ ਬੇਨੇ ਹੈਰੀ ਜੀ ਦੇ ਨਾਲ, ਔਰ ਤੁਹਾਡੇ ਸਵਾਲ ਅਤੇ ਇਹਨਾਂ ਦੇ ਜਵਾਬ, ਅਤੇ ਅਸੀਂ ਇਹਨਾਂ ਦੇ ਨਾਲ ਰੂਬਰੂ ਹਾਂ। ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਧੰਨਵਾਦ ਬੇਨੇ ਹੈਰੀ ਜੀ। ਤੁਹਾਡਾ ਇਸ ਪ੍ਰੋਗਰਾਮ ਦੇ ਵਿੱਚ ਆਪਾਂ ਦੇਖਦੇ ਹਾਂ ਕਿ ਸਲਾਹ, ਜੇ ਚੰਗੀ ਤੋਂ ਚੰਗੀ ਸਲਾਹ ਦਿਓਗੇ, ਵਿਦੇਸ਼ 'ਚ ਬੱਚਾ ਕਿੱਦਾਂ ਜਾ ਸਕਦਾ। ਠੀਕ ਹੈ, ਮਿਹਰਬਾਨੀ। ਅਤੇ ਦੋਨੋਂ ਜਣੇ ਆਪਾਂ ਇਕੱਠੇ ਸਵਾਲ ਪੁੱਛਾਂਗੇ, ਤੁਹਾਨੂੰ ਸੋਚਣ ਦਾ ਮੌਕਾ ਨਹੀਂ ਦੇਣਾ। ਤੁਸੀਂ ਆਪਣੇ ਸਵਾਲਾਂ ਦਾ ਜਵਾਬ ਤੁਸੀਂ ਤਿਆਰ ਉਹ ਵਿਨੇ ਜੀ, ਗੱਲ ਇਸ ਤਰ੍ਹਾਂ ਕਿ ਅੱਜ ਕੱਲ੍ਹ ਫਿਰ ਉਹੀ ਰੌਲਾ ਪਿਆ ਆ ਕਿ ਕੈਨੇਡਾ ਕੈਨੇਡਾ ਕੈਨੇਡਾ, ਹੈ ਨਾ। ਅਮੈਰੀਕਾ ਦੀ ਥੋੜ੍ਹੀ ਪ੍ਰੋਬਲਮ ਹੋ ਗਈ ਹੈ, ਅਮੈਰੀਕਾ ਦੇ ਵੀਜ਼ੇ ਨਹੀਂ ਲੱਗ ਰਹੇ, ਅਤੇ ਬੱਚਿਆਂ ਦਾ ਸਾਰਾ ਰੁਝਾਨ ਜਿਹੜਾ ਹੈਗਾ ਉਹ ਕੈਨੇਡਾ ਵੱਲ ਹੋ ਗਿਆ। ਪਰ ਉਹੀ ਮੁਸ਼ਕਲਾਂ ਆ ਰਹੀਆਂ ਨੇ ਬੱਚਿਆਂ ਨੂੰ ਵਾਰ ਵਾਰ, ਕਿ ਕਿਹਦੇ ਕੋਲ ਜਾਈਏ, ਕਿੱਦਾਂ ਜਾਈਏ, ਕੀ ਕੀਤਾ ਹੋਵੇ, ਕੀ ਨਾ ਕੀਤਾ ਹੋਵੇ, ਲੋਟ ਆਫ ਕਨਫਿਊਜ਼ਨ। ਅਤੇ ਤੁਸੀਂ ਇਹਦੇ ਬਾਰੇ ਕੀ ਸਾਨੂੰ ਦੱਸਣਾ ਚਾਹੋਗੇ? ਦੇਖੋ, ਅੱਜ ਬੱਚਾ ਕੈਨੇਡਾ ਜਦੋਂ ਜਾਣਾ ਚਾਹੁੰਦਾ ਵਾ, ਉਹਦੇ ਪਿੱਛੇ ਬੜਾ ਵੱਡਾ ਰੀਜ਼ਨ ਹੈ। ਅੱਜ ਬੱਚਾ ਕੈਨੇਡਾ ਜਾ ਕੇ ਪੱਕਾ ਹੋਣਾ ਚਾਹੁੰਦਾ ਵਾ, ਬੱਚਾ PR ਲੈਣਾ ਚਾਹੁੰਦਾ ਵਾ, ਬੱਚਾ ਚੰਗੀ ਤਰ੍ਹਾਂ ਆਪਣੀ ਜ਼ਿੰਦਗੀ ਬਸਰ ਕਰਨਾ ਚਾਹੁੰਦਾ, ਬੱਚਾ ਪੈਸੇ ਕਮਾਉਣਾ ਚਾਹੁੰਦਾ, ਬੱਚਾ ਨਾਗਰਿਕਤਾ ਹਾਸਲ ਕਰਨਾ ਚਾਹੁੰਦਾ ਕੈਨੇਡਾ ਦੀ। ਇਹ ਕਿੱਦਾਂ ਮਿਲੇਗੀ ਨਾਗਰਿਕਤਾ, ਕਿੱਦਾਂ PR ਮਿਲੇਗੀ, ਇਹਦੇ ਵਾਸਤੇ ਪਹਿਲਾਂ ਵੀਜ਼ਾ ਲੈਣਾ ਪਏਗਾ। ਵੀਜ਼ੇ ਤੱਕ ਪਹੁੰਚਣ ਵਾਸਤੇ ਸਟੂਡੈਂਟ ਨੂੰ ਬਹੁਤ ਪ੍ਰੋਬਲਮ ਆ ਰਹੀ ਹੈ। ਜਿੱਦਾਂ ਅਸੀਂ ਜਨਵਰੀ ਸੈਸ਼ਨ ਦਾ ਰਿਜ਼ਲਟ ਦੇਖਿਆ ਵਾ, ਜੋ ਮਈ ਸੈਸ਼ਨ ਦਾ ਹਾਲ ਰਿਹਾ ਵਾ, ਬਹੁਤ ਜ਼ਿਆਦਾ ਵੀਜ਼ਾ ਰਿਫਿਊਜ਼ ਹੁੰਦਾ ਪਿਆ ਵਾ, ਵੀਜ਼ਾ ਰਿਫਿਊਜ਼ ਹੁੰਦਾ ਪਿਆ ਵਾ, ਕਿਉਂਕਿ ਬੱਚੇ ਦੇ ਨੰਬਰ ਘੱਟ ਹੈ, ਬੱਚੇ ਦੀ ਪੜ੍ਹਾਈ 'ਚ ਗੈਪ ਹੈ, ਬੱਚੇ ਦੇ ਬੈਂਡ ਦੇ ਵਿੱਚ ਪ੍ਰੋਬਲਮ ਹੈ। ਜਿੱਦਾਂ ਤੁਸੀਂ ਅੱਗੇ ਵੀ ਪ੍ਰੋਗਰਾਮਾਂ 'ਚ ਸਾਡਾ ਦੇਖਿਆ, ਸਾਡੀ ਕੋਸ਼ਿਸ਼ ਹੁੰਦੀ ਹੈ ਤੁਹਾਨੂੰ ਸੱਚ ਦੱਸੀਏ, ਸੱਚ ਕੀ ਹੈਗਾ ਵਾ ਇਮੀਗ੍ਰੇਸ਼ਨ ਇੰਡਸਟਰੀ ਦਾ, ਕਿ ਅੱਜ ਜਦੋਂ ਕੋਈ ਕੇਸ ਅਪਲਾਈ ਹੁੰਦਾ ਵਾ, ਉਹ ਅਪਲਾਈ ਸ਼ੁਰੂ ਤੋਂ ਜਦੋਂ ਅਪਲਾਈ ਹੁੰਦਾ ਉਸ ਦਿਨ ਤੋਂ ਲੈ ਕੇ ਜਿਸ ਦਿਨ ਤੱਕ ਉਹਦਾ ਰਿਜ਼ਲਟ ਆਉਣਾ, ਉਹਦੇ ਵਿੱਚ ਬੱਚੇ ਦੇ ਪੈਸੇ ਜੁੜੇ ਹੁੰਦੇ ਆ। ਬੱਚਾ ਐਲੀਜੀਬਲ ਨਹੀਂ ਹੁੰਦਾ, ਫਿਰ ਵੀ 10-20-50,000 ਰੁਪਈਆ ਉਹਦਾ ਨੁਕਸਾਨ ਹੋ ਜਾਂਦਾ ਵਾ। ਬੱਚਾ ਐਲੀਜੀਬਲ ਹੁੰਦਾ ਵਾ ਤਾਂ ਵੀ ਉਹਦਾ ਵੀਜ਼ਾ ਰਿਫਿਊਜ਼ ਹੋ ਜਾਂਦਾ। ਬਹੁਤ ਸਾਰੀਆਂ ਚੀਜ਼ਾਂ ਵਾ ਜਿਹੜੀਆਂ ਦੇਖਣੀਆਂ ਪੈਂਦੀਆਂ। ਅੱਜ ਬੱਚੇ ਦਾ ਵੀਜ਼ਾ ਤਾਂ ਲੱਗਣਾ ਜੇ ਬੱਚੇ ਦੇ ਮਾਂ ਬਾਪ ਔਰ ਬੱਚਾ ਅਵੇਅਰ ਹੋਏਗਾ, ਇੱਕ ਚੰਗਾ ਕਾਲਜ ਚੰਗਾ ਕੋਰਸ ਅਪਲਾਈ ਕਰੋਗੇ ਤਾਂ ਹੀ ਵੀਜ਼ਾ ਲੱਗੇਗਾ। ਦੇਖੋ, ਅਵੇਅਰ ਤਾਂ ਤੁਸੀਂ ਕਰਾਉਂਦੇ ਹੀ ਹੋ। ਹਾਂਜੀ, ਦੇਖੋ ਬੱਚੇ ਦੀ ਕੋਸ਼ਿਸ਼ ਹੁੰਦੀ ਹੈ, ਹਰ ਬੱਚਾ ਜਦੋਂ ਅੱਜ 10ਵੀਂ ਪਾਸ ਕਰਕੇ ਜਾਂਦਾ ਉਹ ਕਹਿੰਦਾ ਮੈਂ ਕੈਨੇਡਾ ਹੀ ਜਾਣਾ, ਖਾਸ ਕਰਕੇ ਆਪਾਂ ਪਿੰਡਾਂ ਵਾਲੇ ਪਾਸੇ ਚਲੇ ਜਾਂਦੇ। ਹਾਂਜੀ, ਅਤੇ ਉਹ ਬਾਹਰ ਜਾਣਾ ਚਾਹੁੰਦੇ ਆ, ਮਾਂ ਬਾਪ ਦੇ ਢੇਰ ਸਾਰੇ ਪੈਸੇ ਲੱਗ ਜਾਂਦੇ ਆ। ਹਾਂਜੀ, ਅਤੇ ਬੱਚੇ ਨੂੰ ਇਹ ਤਾਂ ਪਤਾ ਢੇਰ ਸਾਰੇ ਪੈਸੇ ਲੱਗਣੇ ਅਤੇ ਮੇਰੇ ਪਿਓ ਨੇ ਕਿੱਲਾ ਵੇਚ ਕੇ ਬਾਹਰ ਭੇਜ ਦੇਣਾ, ਪਰ ਬੱਚੇ ਨੂੰ ਇਹ ਨਹੀਂ ਪਤਾ ਉਹਦੇ ਵਾਸਤੇ ਆਇਤ ਵਿੱਚ ਨੰਬਰ ਵੀ ਲੈਣੇ ਪੈਂਦੇ ਨੇ, ਉਹ 'ਚ ਵੀ ਤੁਹਾਡਾ ਕੋਈ ਗੈਪ ਵੀ ਨਹੀਂ ਹੋਣਾ ਚਾਹੀਦਾ, ਅਤੇ ਉਹਦੇ ਵਿੱਚ +2 'ਚ ਨੰਬਰ ਆਉਣੇ ਚਾਹੁੰਦੇ, ਮਤਲਬ ਹੋਣੇ ਜ਼ਰੂਰੀ ਹੈ। ਅਤੇ ਉਹਦੇ ਬਾਅਦ ਤੁਸੀਂ ਬੱਚਿਆਂ ਨੂੰ ਅਵੇਅਰ ਕਰੋ ਕਿ ਜੇ ਤੁਸੀਂ ਬਾਹਰ ਜਾਣਾ ਚਾਹੁੰਦੇ ਹੋ 10ਵੀਂ ਤੋਂ ਹੀ ਉਹਨਾਂ ਨੂੰ ਪਤਾ ਲੱਗ ਜਾਵੇ ਕਿ ਕੀ ਗੱਲਾਂ ਦਾ ਧਿਆਨ ਰੱਖਣਾ। ਦੇਖੋ, ਜੇਕਰ ਤੁਸੀਂ ਇੱਕ ਸਟੂਡੈਂਟ ਹੈਗੇ ਜੇ ਜਾਂ ਇੱਕ ਬੱਚੇ ਦੇ ਮਾਂ ਬਾਪ ਹੈਗੇ ਜੇ, 2-4 ਚੀਜ਼ਾਂ ਦਾ ਖਿਆਲ ਰੱਖੋ। ਅੱਜ ਜਦੋਂ ਕੈਨੇਡਾ ਦਾ ਵੀਜ਼ਾ ਵੀ ਲੱਗ ਜਾਂਦਾ ਵਾ ਨਾ, ਬੱਚੇ ਨੂੰ ਫਿਰ ਵੀ ਨੌਲੇਜ ਨਹੀਂ ਹੁੰਦੀ ਮੈਂ ਕਿਹੜੇ ਕਾਲਜ ਔਰ ਕਿਹੜੇ ਕੋਰਸ 'ਚ ਚੱਲਾਂ, ਬੱਚਾ ਸੀਰੀਅਸ ਹੀ ਨਹੀਂ ਹੁੰਦਾ। ਬੱਚਾ ਆਈਲੈਟ ਦੇ ਵਿੱਚ 6 ਬੈਂਡ ਵੀ ਲੈ ਲੈਂਦਾ ਵਾ, ਬਟ ਬੱਚੇ ਨੂੰ ਅੰਗਰੇਜ਼ੀ ਬੋਲਣੀ ਨਹੀਂ ਆਉਂਦੀ। ਬੱਚਾ ਆਪਣੇ ਕਰੀਅਰ ਪ੍ਰਤੀ ਇੰਨਾ ਜ਼ਿਆਦਾ ਅਵੇਅਰ ਨਹੀਂ ਹੁੰਦਾ, ਬੱਚਾ ਕੋਈ ਵੀ ਕੋਰਸ ਲੈ ਲੈਂਦਾ ਵਾ ਜਿਹਦੇ ਕਰਕੇ ਬੱਚੇ ਦਾ ਵੀਜ਼ਾ ਰਿਫਿਊਜ਼ ਹੁੰਦਾ। ਤੁਸੀਂ ਇੱਕ ਮਾਂ ਬਾਪ ਜੇ ਇੱਕੋ ਚੀਜ਼ ਖਿਆਲ ਰੱਖਿਓ, ਬੱਚੇ ਦਾ ਕੋਰਸ ਰੈਲੇਵੈਂਟ ਹੋਣਾ ਚਾਹੀਦਾ ਵਾ। ਜੇ ਬੱਚਾ ਆਰਟਸ 'ਚ ਪੜ੍ਹਿਆ ਤਾਂ ਆਰਟਸ ਪੜ੍ਹਨ ਜਾਵੇ, ਜੇ ਕਮਰਸ ਪੜ੍ਹਿਆ ਤਾਂ ਕਮਰਸ ਪੜ੍ਹਨ ਜਾਵੇ, ਜੇ ਮੈਡੀਕਲ ਪੜ੍ਹਿਆ ਤਾਂ ਮੈਡੀਕਲ ਪੜ੍ਹਨ ਜਾਊਗਾ ਤਾਂ ਵੀਜ਼ਾ ਮਿਲਣਾ। ਜੇ ਤੁਹਾਡੇ ਨੰਬਰ ਥੋੜ੍ਹੇ ਆ ਤਾਂ ਤੁਹਾਨੂੰ ਕੋਰਸ ਉਹ ਲੈਣਾ ਪੈਣਾ ਜਿਹਦੇ 'ਚ ਤੁਹਾਡੇ ਨੰਬਰ ਜ਼ਿਆਦਾ ਵਾ। 12ਵੀਂ ਪਾਸ ਤੋਂ ਥੱਲੇ ਬੱਚੇ ਦਾ ਵੀਜ਼ਾ ਨਹੀਂ ਲੱਗਦਾ। ਤੁਸੀਂ 12ਵੀਂ ਕੀਤੀ ਆ, ਤੁਸੀਂ ਕੈਨੇਡਾ ਜਾ ਸਕਦੇ ਹੋ, ਤੁਸੀਂ ਪੱਕੇ ਹੋ ਸਕਦੇ ਹੋ। ਦੇਖਣ ਵਾਲੀ ਗੱਲ ਇਹ ਹੈਗੀ ਆ ਕਿ ਤੁਹਾਡੀ ਪੜ੍ਹਾਈ 'ਚ ਗੈਪ ਤਾਂ ਨਹੀਂ ਹੈ, ਤੁਹਾਡੇ ਨੰਬਰ ਘੱਟ ਤਾਂ ਨਹੀਂ ਹੈ, ਤੁਹਾਡੇ ਆਈਲੈਟ ਦੇ ਵਿੱਚ ਬੈਂਡ ਪੂਰੇ ਆ, ਕਿਸੇ ਵੀ ਤਰ੍ਹਾਂ ਦੀ ਕੋਈ ਵੀ ਤੁਹਾਡੇ ਅੰਦਰ ਕਮੀ ਹੈ, ਵੀਜ਼ਾ ਤੁਹਾਡਾ ਰਿਫਿਊਜ਼ ਹੋਣਾ। ਜੇ ਇੱਦਾਂ ਜਗ੍ਹਾ ਜਗ੍ਹਾ ਠੋਕਰ ਖਾਓਗੇ, ਵੱਖਰੇ ਵੱਖਰੇ ਏਜੰਟਾਂ ਕੋਲ ਜਾਓਗੇ, ਆਪਣਾ ਸਮਾਂ ਔਰ ਪੈਸਾ ਖਰਾਬ ਕਰੋਗੇ, ਵੀਜ਼ਾ ਨਹੀਂ ਲੱਗਣਾ ਦੋਸਤੋ। ਵੀਜ਼ਾ ਤਾਂ ਲੱਗਣਾ ਵਾ ਜੇਕਰ ਤੁਸੀਂ ਇਮਾਨਦਾਰੀ ਨਾਲ ਅਪਲਾਈ ਕਰੋਗੇ, ਇੱਕ ਚੰਗਾ ਕੰਸਲਟੈਂਟ ਲੱਭ ਕੇ ਅਪਲਾਈ ਕਰਾਓਗੇ। ਅੱਜ ਕੈਨੇਡਾ ਜਾਣ ਵਾਲਾ ਬੱਚਾ 12-15 ਲੱਖ ਰੁਪਇਆ ਖਰਾਬ ਕਰ ਲੈਂਦਾ। ਬੱਚੇ ਨੇ ਪੈਸੇ ਸਾਨੂੰ ਉਦੋਂ ਦੇਣੇ ਹੁੰਦੇ ਆ ਜੇ ਵੀਜ਼ਾ ਲੱਗੇ। ਅਸੀਂ ਆਪਣੀ ਗੱਲ ਕਰਾਂਗੇ, ਬਾਕੀ ਹਰ ਕਿਸੇ ਦਾ ਆਪਣਾ ਆਪਣਾ ਕੰਮ ਕਰਨ ਦਾ ਤਰੀਕਾ। ਤੁਸੀਂ ਅੱਜ ਕੈਨੇਡਾ ਜਾਣਾ ਚਾਹੁੰਦੇ ਹੋ, ਅਸੀਂ ਤੁਹਾਡੇ ਪੈਸੇ ਦੇ ਹੱਕਦਾਰ ਤਾਂ ਵਾਂ ਜੇ ਵੀਜ਼ਾ ਲੱਗੇ। ਵੀਜ਼ੇ ਤੋਂ ਪਹਿਲਾਂ ਸਾਨੂੰ ਕੋਈ ਪੈਸਾ ਨਹੀਂ ਦੇਣਾ, ਅਸੀਂ ਅੰਬੈਸੀ ਫੀਸ ਵੀ ਆਪਣੇ ਕੋਲੋਂ ਉਤਾਰਾਂਗੇ, ਕਾਲਜ ਫੀਸ ਵੀ ਇਸ ਕੋਲੋਂ ਉਤਾਰਾਂਗੇ। ਤੁਸੀਂ ਸਾਨੂੰ ਪੈਸੇ ਉਦੋਂ ਦਿਓਗੇ ਜਦੋਂ ਵੀਜ਼ਾ ਲੱਗੇਗਾ। ਇਹ ਚੀਜ਼ ਕਿਉਂ ਸ਼ੁਰੂ ਕੀਤੀ ਗਈ ਹੈ? ਤਾਂ ਜੋ ਬੱਚੇ ਗੁੰਮਰਾਹ ਨਾ ਹੋਣ, ਬੱਚਿਆਂ ਦਾ ਵਿਸ਼ਵਾਸ ਜਿੱਤਣ ਵਾਸਤੇ। ਇੱਕ ਹੱਥ ਦਿਓ, ਇੱਕ ਹੱਥ ਲਓ। ਕਾਮਯਾਬ ਤਾਂ ਹੋਵੋਗੇ ਜੇਕਰ ਤੁਸੀਂ ਅਵੇਅਰ ਹੋਵੋਗੇ। ਤੁਹਾਨੂੰ ਪਤਾ ਹੋਣਾ ਚਾਹੀਦਾ ਅੱਜ ਮੌਸਮ ਕਿੱਦਾਂ ਦਾ ਵਾ। ਅੱਜ ਬੜੀ ਕਲੀਅਰ ਚੀਜ਼ ਆ ਕਿ ਜੇਕਰ ਪੈਸੇ ਹੀ ਨਹੀਂ ਲੱਗਣੇ ਪਹਿਲਾਂ ਤਾਂ ਫਿਰ ਵੀਜ਼ਾ ਹੀ ਲੱਗੇਗਾ। ਜਦੋਂ ਪਹਿਲੇ ਤੁਸੀਂ 12-15 ਲੱਖ ਰੁਪਏ ਦੇ ਦਿਓਗੇ, ਨਾ ਕੱਲ੍ਹ ਨੂੰ ਏਜੰਟ ਲੱਭਦਾ ਜੇ, ਨਾ ਕਾਲਜ ਲੱਭਦਾ। ਲੋਕ ਆਪਣੀਆਂ ਲੱਖਾਂ ਰੁਪਈਏ ਖਰਾਬ ਕਰ ਬੈਠਦੇ ਆ।
जो भी करना सोच समझ के करे। विनय हरी जी, इस तरह के अजकल तुम पता बेरोजगारी जी बहुत वधी है ना, बच्चे पढ़े लिखे ने, वो कोई बेचारा कई बार टैंपरेरी तौर पर बैंक च लग जाता, ठीक है जी, उत्थे दो चार साल नौकरी की उत्थे भी गल नहीं बनती, हुण बच्चा बाहर जाने की तैयारी करता लेकिन वह गैप पै चुका, ठीक है, चार पाँच साल का गैप पै चुका, हुण हाईलाइट की है फिर भी वो गल नहीं बनती, तो यदा की सोल्यूशन है? देखो, पाँच साल का गैप है, जेकर तुम एक स्टूडेंट जे तुहाडा पांच साल तक का गैप है पढ़ाई तुसी कनेडा जा सकते हो। दोस्तों, बेसिकली एक वीज़ा अफसर यह देखना चाहता कि तुहाडे कोल कागज़ हैगे है, तुसी पिछले पंजा सालां च किते ना किसे जगह ते इनवॉल्व हैगे हो, जेकर तुहाडे कोल इदां दे कोई कागजात हैगे है जिहदे नाल इह प्रूव हुंदा कि तुसी किते ना किते इनवॉल्व सीगे, पांच साल के गैप के नाल भी वीज़ा लग जाएगा। असी ऑलरेडी बहुत बच्चों के वीज़े लवाए आ, तुसी फेसबुक ते यूट्यूब ते जाके देख सकते हो, साड़ी कोशिश है केस वो फड़ीए। जो मैं तुहाडे कोलों पैसे नहीं पहला लै रहा तो मेरा मकसद तुहाडा वीज़ा लवाना वै, ना कि तुहाडे कोलों पैसे लेना। पांच साल के गैप के नाल तुसी जिन्ने वीज़े देखना चाहो तुसी साडे यूट्यूब दे चैनल ते जाके देख सकते हो। वधिया गल तां सानूं नहीं पता सी, पांच साल के गैप दे विच भी वीज़ा लग सकदा। हुण आपां आइल्स दी गल करदे, हाँ जी, साडे पिंडां दे बच्चे जां रूरल एरिया दे बच्चे, उहनां दी ना स्पीकिंग ते लिसनिंग, हाँ जी, ज्यादा करके कमजोर होंगी है क्योंकि पंजाब बोर्ड स्कूल ज्यादा पढ़ते हैं, कुछ शहर घट उन्होंने विजिट किया होंगे, तो उन्होंने जो शहर नहीं पढ़े बच्चे उन्होंने को लिसनिंग से फर्क प्रॉब्लम है, तो वो करके उन्होंने आइल्स के नंबर पांच बैंड या साढ़े पांच बैंड से ही अड़े रहते, बड़ी कोशिश करते हैं जी। उन्होंने बच्चों को तुम की सलाह देना चाहोगे? देखो, ये तुहाडे सवाल के दो सवाल ने, पहला तो ये वो बच्चे जिन्हों के छे बैंड ओवरऑल है, कले एक चो पांच है या दो चो पांच है, वह भी बच्चे जा सकते हैं, इदा के कोर्स है, इदा के कॉलेज है जिन्हें एक बैंड चो एक मॉड्यूल चो घट है तो भी दाखला दे देते हैं। हुण गल करांगे उन्हां बच्चों की जिन्हें पांच बैंड है, साढ़े पांच बैंड है, पांच साढ़े पांच बैंड वाला बच्चा भी कनेडा जा सकता, उहदे लई भी दो रस्ते ने, या तो तुसी कोई कोर्स इदा दा लोगे जिहदे विच बैंड की रिक्वायरमेंट घट हुंदी है, या फिर तुसी अंग्रेजी पढ़न वास्ते जा सकते हो, जिदा कि तुसी कुकरी का कोर्स करना वा, तुसी कुक बनना चाहते हो, तुसी कोई मेकअप का काम करना चाहते हो, तुसी कोई इलैक्ट्रीशियन कारपेंटर पलंबिंग का कोर्स करना चाहते हो, इदा के कोर्सा की रिक्वायरमेंट साढ़े पांच बैंड होंगी है। जेकर तुसी एक यूनीवर्सिटी पढ़ना चाहते जे वो दाखले की रिक्वायरमेंट साढ़े छे बैंड है, बट जे तुसी अंग्रेजी का वीज़ा अप्लाई करना चाहते हो, तुसी कनेडा जाके अंग्रेजी पढ़ना चाहते हो, तो तुसी साढ़े पांच बैंड से अंग्रेजी पढ़न का वीज़ा भी अप्लाई कर सकते हो, घट बैंडा ते वीज़ा लग सकता वा। देखने वाली गल ये है कि जितों तुसी अप्लाई कर रहे हो तुसी एक चंगे कॉलेज अप्लाई कर रहे हो, एक चंगे कोर्स के अप्लाई कर रहे हो, पांच साल के गैप के नाल भी दोस्तों असी वीज़े लवाए है, अज असी घट आईलेट के बैंड के उत्ते भी तुहानू सद्दा दे रहे हैं, तुसी पांच साढ़े पांच बैंड दे सैकड़े ही वीज़े जाके साडे फेसबुक के उत्ते यूट्यूब पर देख सकते हो, या साडे दफ्तर के विच आके तुसी देख सकते हो। असी ऑलरेडी बहुत सारे प्रोग्रामा दे विच स्टूडेंटा नू भी मिलाया वा, असी सारयां नू दस्या वा किद्दां साढ़े पांच बैंड का वीज़ा लगता, किद्दां गैप का वीज़ा लगता, देखने वाली चीज़ है कि तुसी पढ़न चले हो, पढ़ाई की नीत ना चले हो, इमानदारी ने अप्लाई करो, कोई गलत कागज़ अपनी फाइल च ना लाओ, जदों तुसी किसी नू लालच देंदे हो ना पहला पैसे दे देंदे हो, उहदी रोल तां उत्थे ही खत्म हो जाता वा, तुसी पैसे सानू वीज़ा लगन तो बाद दोगे, पहला अपना वीज़ा लवाओ बाद चों वी सानू पैसे दिओ, इत्थे तक कि एम्बैसी की फीस भी नहीं देनी दोस्तों, जेकर तुहाडे उत्ते एम्बैसी की फीस भी असी ला रहे हैं, कॉलेज फीस भी असी दे रहे हैं, तो साडा मकसद तुहाडा वीज़ा लेना वा, ना कि तुहाडे कोलों पहला पैसे एडवांस लेना। विनय हरी जी, तुहाडियां गल्लां सुन के बहुत ही दिल नूं तसल्ली भी हुंदी आ, और कई बार विचों डर भी लगता भी इहदे पिछे राज की है। देखो, तुहाडे इन्ने दफ्तर ने, चंडीगढ़ हो गया, अमृतसर हो गया, जलंधर हो गया, कई जगह ते किन्ना किन्ना स्टाफ है, तुसीं इहनां सैलरी भी दिंदे हो, है ना, अपने तुहाडे दफ्तरां च एसी भी लगे ने, है जी, बिजली दे खर्चे भी आउंदे ने, ते फिर भी तुसीं मतलब जिहड़े कहिंदे हो कि मैं पैसे बाद च लैणे आ, है ना, एड्डा वड्डा रिस्क चुक रहे हो तुसीं, इहदे पिछे रीज़न की है? रिस्क इहदे पिछे कोई रीज़न है जी, कोई रिस्क है ही नहीं इहदे पिछे, सानू तो एक दुकानदार नू पता वा कि समान मेरी दुकान च पिया वा, जो मैं गाहक नू देंगा मैं उदो पैसे ले लाँगा। असी जदों अपने दफ्तर च एसी नहीं चला सकते, असी दफ्तर च स्टाफ नहीं रख सकते, तो सानू काम करन दा कोई हल ही नहीं है जी, सानू कोई फायदा ही नहीं है काम करन दा, असी पैसे उदो लैने आ जदों वीज़ा लगता, इहदे च कोई रिस्क वाली गल ही नहीं, पैसे मैं पहले लैके भी तो अपने जेब च ही पाने आ जां अपने दराज च ही रखने आ ना, तुसीं पैसे सांभ के रखो, असी ये पैसे दे हकदार तां वा जे वीज़ा लगे, लोगों ने तुहाडे पैसे दे नाल ही खेलना हुंदा वा, जेकर अज कोई बंदा ऐड करदा वा उहदा मकसद ऐड चो कारोबार करना वा, ऐड तुसी दित्ती आ ते बंदे ऐड ते देख के तुसी गए हो, उहने तुहाडे कोलों पैसों की डिमांड करनी है,
इस दफ्तर तुहाडे को पैसे की डिमांड नहीं की जाएगी, तुसी पैसे उदों दोगे जो वीज़ा लगेगा। हर किसी को यह चीज़ समझ लगती है, कोई भी बंदा बाहर बाजार जाते हो, कोई भी सौदा खरीद जाते हो, सौदा लेंदे हो, पैसे देंदे हो, सौदा मिलता वा। कभी भी इदा नहीं हुंदा कि पहला पैसे दे दो तो मुड़ के दो दो तीन तीन महीने डीकते रहो। असी यही मुहिम चलाई है ता जो साढ़े पंजाबी वीरां दे नाल धक्का ना होवे, ता जो पंजाबी स्टूडेंट खज्जल ना होवे, लोगों के माँ बाप की कमाई खराब ना होवे। प्योरली बिजनेस है ये, साड़ी रोजी रोटी चलती है, तो साड़ा काम साड़ी दुकान ता चलती है क्योंकि इत्थे वीजे लगते हैं, वीजा लवावांगे तो पैसे लवेंगे। ਸਮਾਂ ਇਜਾਜ਼ਤ ਨਹੀਂ ਦਿੰਦਾ ਪਿਆ, ਲਾਸਟ ਵਿੱਚ ਤੁਸੀਂ ਸਵਾਲ ਪੁੱਛੋ ਇਹਨਾਂ ਨੂੰ, ਆਪਾਂ ਕੰਪਾਈਲ ਕਰੀਏ ਪ੍ਰੋਗਰਾਮ ਸਾਹਮਣੇ ਇਸ਼ਾਰਾ ਹੋ ਰਿਹਾ ਕਿ ਟਾਈਮ ਠੀਕ ਥੋੜ੍ਹੀ। ਮੈਂ ਵਿਨੇ ਹਰੀ ਜੀ ਲਾਸਟ ਵਿੱਚ ਮੇਰਾ ਇਹ ਸਵਾਲ ਹੈ ਕਿ ਬੱਚੇ ਸਾਰਾ ਕੁਝ ਸੋਚਦੇ ਨੇ ਹਨਾ, ਮਤਲਬ ਜਿੱਦਾਂ ਉਹਨਾਂ ਨੇ ਕਿ 5 ਸਾਲ ਦਾ ਗੈਪ ਵੀ ਤੁਸੀਂ ਕਹਿੰਦੇ ਪੂਰਾ ਕਰ ਲਓਗੇ, ਆਈਲੈਂਡ ਨਹੀਂ ਹੈ ਫਿਰ ਵੀ ਜਾਓਗੇ, ਪਰ ਮੈਂ ਫਿਰ ਇਹੀ ਕਹਾਂਗਾ ਕਿ ਇਹ ਉਹ ਜਿਹੜਾ ਜਾਣ ਦਾ ਪ੍ਰੋਸੈਸ ਹੈ ਹਨਾ, ਉਹ ਕਿੱਥੋਂ ਸ਼ੁਰੂ ਕਰਨ, ਕੀ ਚੀਜ਼ਾਂ ਤੁਹਾਡੇ ਕੋਲ ਲੈ ਕੇ ਆਉਣ, ਤੁਸੀਂ ਦੱਸ ਸਕਦੇ ਹੋ ਕਿਹੜੀ ਕਿਹੜੀ ਚੀਜ਼ ਤੁਹਾਡੇ ਕੋਲ ਲੈ ਕੇ ਆਉਣ ਤਾਂ ਕਿ ਤੁਸੀਂ ਉਹਨਾਂ ਨੂੰ ਪੂਰਾ ਅਸੈਸ। ਕੋਈ ਵੀ ਸਟੂਡੈਂਟ ਜਿਹੜਾ ਕੈਨੇਡਾ ਜਾਣਾ ਚਾਹੁੰਦਾ, ਸਾਡੀ ਕੰਪਨੀ ਦੇ ਥਰੂ ਜਾਣਾ ਚਾਹੁੰਦਾ, ਉਹ ਨਿਸ਼ਚਿੰਤ ਹੋ ਕੇ ਸਾਡੇ ਕੋਲ ਸਿਰਫ ਕਾਗਜ਼ ਲੈ ਕੇ ਆਵੇ, 10ਵੀਂ 12ਵੀਂ ਦਾ ਸਰਟੀਫਿਕੇਟ, ਆਈਲੈਟ ਦਾ ਸਰਟੀਫਿਕੇਟ, ਪਾਸਪੋਰਟ, ਮਾਂ ਬਾਪ ਦੀ ਇਨਕਮ ਦਾ ਕਾਗਜ਼, ਔਰ ਬੈਂਕ 'ਚ ਜੇ ਕੋਈ ਪੈਸੇ ਹੈਗੇ ਆ, ਜੇ ਕੋਈ ਬੰਦਾ ਕੈਨੇਡਾ ਤੁਹਾਡੇ ਘਰ 'ਚੋਂ ਰਹਿੰਦਾ ਵਾ ਉਹਦੇ ਕਾਗਜ਼, ਸਾਰੀਆਂ ਦੀਆਂ ਸਾਰੀ ਇਨਫੋਰਮੇਸ਼ਨ ਲੈ ਕੇ ਤੁਸੀਂ ਸਾਡੇ ਦਫ਼ਤਰ ਪਹੁੰਚੋ। ਤੁਹਾਨੂੰ 10-15 ਮਿੰਟ ਦੀ ਮੀਟਿੰਗ ਦੇ ਵਿੱਚ ਮੈਂ ਕਲੀਅਰ ਕਰ ਦੂੰਗਾ ਕਿ ਤੁਸੀਂ ਕੈਨੇਡਾ ਜਾ ਸਕਦੇ ਹੋ ਕਿ ਨਹੀਂ ਜਾ ਸਕਦੇ। ਤੁਸੀਂ ਇੱਕ ਵਾਰੀ ਰਿਫਿਊਜ਼, 2 ਵਾਰੀ, 3 ਵਾਰੀ, 4 ਵਾਰੀ, 5 ਵਾਰੀ ਵੀ ਰਿਫਿਊਜ਼ ਹੋ, ਫਿਰ ਵੀ ਕੈਨੇਡਾ ਜਾ ਸਕਦੇ ਹੋ। ਤੁਸੀਂ ਇੱਕ ਵਾਰ ਆਓਗੇ ਤੁਹਾਨੂੰ ਅਸੈਸਮੈਂਟ ਕਰਕੇ ਦੱਸ ਦਾਂਗੇ ਤੁਸੀਂ ਕੈਨੇਡਾ ਕਿੱਦਾਂ ਜਾ ਸਕਦੇ ਹੋ। ਅਤੇ ਦੋਸਤੋ ਤੁਹਾਨੂੰ ਬਹੁਤ ਸਾਰੇ ਸਵਾਲਾਂ ਦੇ ਜਵਾਬ ਮਿਲ ਗਏ ਜਿਹੜੇ ਤੁਹਾਡੇ ਜਹਿਨ 'ਚ ਸੀਗੇ। ਫਿਰ ਵੀ ਤੁਹਾਡੇ ਦਿਮਾਗ 'ਚ ਕੋਈ ਇਕੱਦਾ ਕੁਸ਼ਚਨ ਜਾਂ ਸਵਾਲ ਇੱਦਾਂ ਦਾ ਫਸਿਆ ਬੈਠਾ ਹੋਏਗਾ, ਕੋਈ ਨਹੀਂ, ਅਗਲੇ ਪ੍ਰੋਗਰਾਮ ਤੁਹਾਨੂੰ ਜਵਾਬ ਮਿਲ ਜਾਏਗਾ। ਅਗਲੇ ਪ੍ਰੋਗਰਾਮ ਦੇ 'ਚ ਫਿਰ ਵੀ ਨੇਹਰ ਜੀ ਨੂੰ ਆਪਾਂ ਨਾਲ ਬਿਠਾ ਕੇ ਉਹਨਾਂ ਕੋਲ ਸਵਾਲ ਜਵਾਬ ਕਰਾਂਗੇ। ਅਤੇ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ।